ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀਆ ਸੰਗਰੂਰ ਦੇ ਸੁਨਾਮ ਦੇ ਟਿੱਬੀ ਬਸਤੀ ਪਹੁੰਚੇ ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਕੁਝ ਲੋਕਾਂ ਦੀ ਪਿਛਲੇ ਦਿਨੀ ਮੌਤ ਹੋਈ ਸੀ। ਅੱਜ ਉਹਨਾਂ ਦੇ ਪੀੜਤ ਪਰਿਵਾਰਾਂ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁਲਾਕਾਤ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਇਹ ਨਜਾਇਜ਼ ਸ਼ਰਾਬ ਸਰਕਾਰ ਦੀ ਸ਼ਹਿਰ ਤੋਂ ਬਿਨਾਂ ਨਹੀਂ ਵਿਕ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਵਿੱਚ ਕਰੀਬ 21 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਪਿਛਲੇ ਦਿਨੀ ਮੌਤ ਹੋਈ ਸੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇਕਰ ਕਿਸੇ ਦਾ ਡੰਗਰ ਵੀ ਮਰ ਜਾਵੇ ਤਾਂ ਉਸਨੂੰ ਵੀ ਮੁਆਵਜ਼ਾ ਦਿੱਤਾ ਜਾਂਦਾ ਹੈ, ਪਰ ਗਰੀਬ ਬੰਦਿਆਂ ਦੀ ਜਾਨ ਦੀ ਕੀਮਤ ਇੱਥੇ ਕੁਝ ਵੀ ਨਹੀਂ ਹੈ। ਦੇਖੋ, ਅੱਜ ਮੈਂ ਟਿੱਬੀ ਪਿੰਡ ਦੇ ਵਿੱਚ ਆਇਆ। ਇੱਥੇ 14 ਬੰਦੇ ਸਰਕਾਰੀ ਜ਼ਹਿਰ ਪੀ ਕੇ ਮਰ ਚੁੱਕੇ ਹੈ। ਜਿਹੜੀ ਸ਼ਰਾਬ ਇਹਨਾਂ ਨੇ ਖਰੀਦ ਕੇ ਪੀਤੀ ਉਹ ਜ਼ਹਿਰ ਸਾਬਤ ਹੋਈ। 14 ਵਿਧਵਾ ਔਰਤਾਂ ਨੂੰ ਮਿਲਿਆ, 14 ਅਨਾਥ ਬੱਚਿਆਂ ਪਰਿਵਾਰਾਂ ਨੂੰ ਮਿਲਿਆ, ਜਿਹੜੇ ਕਿ ਸਰਕਾਰ ਦੀ ਗਲਤੀ ਕਰਕੇ ਅੱਜ ਅਨਾਥ ਹੋ ਗਏ ਹੈ। ਅਤੇ ਸੁਣਵਾਈ ਕੋਈ ਨਹੀਂ ਹੈ, ਗਰੀਬ ਦੀ ਸੁਣਵਾਈ ਕੋਈ ਨਹੀਂ। ਡੰਗਰ ਵੀ ਮਰ ਜਾਏ ਨਾ, ਉਹਦਾ ਵੀ ਮੁਆਵਜ਼ਾ ਮਿਲਦਾ ਹੈ। ਆਹ ਹੁਣ ਹੜ੍ਹ ਆਏ ਸੀ, ਉਹਦੇ 'ਚ ਡੰਗਰ ਮਰੇ, ਮੁਆਵਜ਼ਾ ਮਿਲ ਗਿਆ। ਆਹ ਸਰਕਾਰੀ ਜ਼ਹਿਰ ਬੋਤਲਾਂ 'ਚ ਪਾ ਕੇ ਦਿੱਤੀ, ਜਿਹੜੇ ਬੰਦੇ ਮਰੇ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ, ਕੋਈ ਨੌਕਰੀ ਨਹੀਂ। 3 ਕੁੜੀਆਂ, 1 ਮੁੰਡਾ ਬਿਮਾਰ ਹੈ, ਕਮਾਊ ਕੋਈ ਨਹੀਂ ਹੈ, ਲੇਕਿਨ ਸਰਕਾਰ ਕੋਈ ਬਾਂਹ ਨਹੀਂ ਫੜ ਰਹੀ। ਮੁੱਖ ਮੰਤਰੀ ਇਸ ਜ਼ਿਲ੍ਹੇ ਦਾ ਹੋਵੇ ਅਤੇ ਜਿਹੜਾ ਵਿੱਤ ਮੰਤਰੀ ਜਿਹਦੇ ਕੋਲ ਮਹਿਕਮਾ ਸ਼ਰਾਬ ਦਾ ਉਹਦੇ ਹਲਕੇ ਦਾ ਪਿੰਡ ਹੋਵੇ। ਔਰ ਹੁਣ ਕਹਿੰਦੇ ਨਜਾਇਜ਼ ਸ਼ਰਾਬ ਵਿਕਦੀ ਸੀ, ਬਈ ਫਿਰ ਬਕਵਾਉਂਦਾ ਕੌਣ ਹੈ? ਕਿਆ ਤੁਹਾਡੀ ਕਿਆ ਯੋਗਦਾਨ ਹੈ ਇਹਦੇ ਵਿੱਚ? ਕਿਆ ਤੁਹਾਡਾ ਹਿੱਸਾ ਪੱਤੀ ਹੈ? ਤੁਹਾਡੀ ਸ਼ਹਿ ਕਿਸ ਤਰ੍ਹਾਂ ਉਹਨਾਂ ਬੰਦਿਆਂ ਨੂੰ, ਤੁਹਾਡੀ ਨੱਕ ਦੇ ਹੇਠਾਂ ਕਿਸ ਤਰੀਕੇ ਨਾਲ ਨਜਾਇਜ਼ ਸ਼ਰਾਬ ਵਿਕਦੀ ਰਹੀ ਹੈ? ਕਿਸ ਤਰੀਕੇ ਦੇ ਨਾਲ ਇੱਥੇ ਘਰ ਘਰ ਚਿੱਟਾ ਵਿਕ ਰਿਹਾ? ਆ ਮੈਨੂੰ ਬੀਬੀਆਂ ਹੁਣ ਅੰਦਰ ਰੋ ਰਹੀਆਂ ਸੀ, ਕਹਿੰਦੇ ਜੀ ਹੋਰ ਕੁਛ ਮਿਲੇ ਨਾ, ਮੇਰੇ ਚਿੱਟਾ ਮਿਲੀ ਜਾਂਦਾ ਸਾਰਿਆਂ ਨੂੰ। ਇਹ ਜਿਹੜਾ ਕੁਛ ਹੋਇਆ, ਜਿੰਨੀ ਨਸ਼ਾ ਸ਼ਰਾਬ ਬਣ ਰਹੀ ਹੈ ਔਰ ਵਿਕ ਰਹੀ ਹੈ, ਇਹ ਭਗਵੰਤ ਮਾਨ ਦੀ ਸਰਕਾਰ ਦੇ ਸ਼ਹਿ ਦੇ ਉੱਪਰ ਔਰ ਉਹਨਾਂ ਦੀ ਹਿੱਸੇਦਾਰੀ ਦੇ ਉੱਪਰ ਕੰਮ ਹੋ ਰਿਹਾ, ਬਿਲਕੁਲ ਨਜਾਇਜ਼ ਹੋ ਰਿਹਾ। ਗਰੀਬ ਦੀ ਕੋਈ ਸੁਣਵਾਈ ਨਹੀਂ, ਗਰੀਬਾਂ ਦੇ 21 ਬੰਦੇ ਸਰਕਾਰੀ ਜ਼ਹਿਰ ਪੀ ਕੇ ਮਰ ਚੁੱਕੇ ਹੈ। ਇਹ ਪਰਚਾ ਸਰਕਾਰ ਪਰ ਹੋਣਾ ਚਾਹੀਦਾ ਹੈ, ਇੱਥੇ ਦੇ ਨੁਮਾਇੰਦਿਆਂ ਪਰ ਹੋਣਾ ਚਾਹੀਦਾ ਹੈ, ਕਤਲ ਦਾ ਮੁਕੱਦਮਾ ਹੋਣਾ ਚਾਹੀਦਾ। ਇਹਨਾਂ ਨੇ ਮਰਵਾਏ ਸਾਡੇ ਬੰਦੇ ਗਰੀਬ, ਅਤੇ ਜਦ ਅੱਜ ਗਰੀਬ ਮਾਰੇ ਗਏ ਤਾਂ ਉਹਨਾਂ ਦੀ ਜਾਨ ਦੀ ਕੀਮਤ ਕੋਈ ਨਹੀਂ, ਕੋਈ ਨੌਕਰੀ ਦੀ ਗੱਲ ਨਹੀਂ ਕਰੀ, ਕੋਈ ਮੁਆਵਜ਼ੇ ਦੀ ਗੱਲ ਨਹੀਂ ਕਰੀ। ਥੱਲੇ ਨੂੰ ਹੱਥ ਕਰਕੇ ਕਿਸੇ ਨੂੰ 50,000 ਦੇ ਰਹੇ, ਕਿਸੇ ਨੂੰ 1,00,000 ਦੇ ਰਹੇ, ਕਿਸੇ ਨੂੰ 2,00,000 ਦੇ ਰਹੇ, ਤੁਸੀਂ ਬੋਲੋ ਨਾ ਆ ਤੁਹਾਨੂੰ ਦੇ ਤੇ ਕਿਉਂ ਬਈ? ਤੁਹਾਡੀ ਨਜਾਇਜ਼ ਸ਼ਰਾਬ ਦੇ ਨਾਲ, ਤੁਹਾਡੀ ਜ਼ਹਿਰ ਦੇ ਨਾਲ ਸਾਡੇ ਬੰਦੇ ਮਰੇ, ਉਹਨਾਂ ਨੂੰ ਪੂਰਾ ਮੁਆਵਜ਼ਾ ਦਿਓ। ਮੈਂ ਇਹੀ ਕਹਿ ਰਿਹਾ, ਇੱਕ ਜਾਨ ਚਲੀ ਗਈ ਹੈ, ਇਹਦੇ 'ਚ ਕੋਡ ਆਫ ਕੰਡਕਟ ਕੋਈ ਨਹੀਂ, ਬਹਾਨੇਬਾਜ਼ੀ ਹੈ। ਇਹਨਾਂ ਗਰੀਬਾਂ ਦੀ ਪੁੱਛ ਨਹੀਂ ਕਰਨੀ, ਬਸ ਸੋਚ ਮਾੜੀ ਹੈ, ਮਾਨਸਿਕਤਾ ਮਾੜੀ ਹੈ, ਕੋਈ ਕੋਡ ਆਫ ਕੰਡਕਟ ਮੂਹਰੇ ਨਹੀਂ ਅੜਦਾ। ਮੈਂ ਕੋਲ ਖੜ੍ਹਦਾ, ਸਾਡੀ ਪਾਰਟੀ ਦਾ ਪ੍ਰਧਾਨ ਖੜ੍ਹ ਜਾਏਗਾ, ਅਸੀਂ ਅਕਾਲੀ ਦਲ ਵਾਲਿਆਂ ਨੂੰ ਬੇਨਤੀ ਕਰ ਲਵਾਂਗੇ, ਸਭ ਨੂੰ ਬੇਨਤੀ ਕਰ ਲਵਾਂਗੇ, ਅਸੀਂ ਵੀ ਲਿਖ ਕੇ ਦਿੰਦੇ, ਐਫੀਡੇਵਿਟ ਦਿੰਦੇ ਕਿ ਇਹਦੇ 'ਚ ਕੋਈ ਕੋਡ ਆਫ ਕੰਡਕਟ ਨਹੀਂ ਹੁੰਦਾ, ਇਹਨਾਂ ਗਰੀਬਾਂ ਨੂੰ ਪੈਸੇ ਦਿਓ। ਮੈਂ ਤਾਂ ਪਹਿਲਾਂ ਕਹਿ ਚੁੱਕਿਆ
ਕਿ ਸਮਾਂ ਬਦਲਦਾ ਰਹਿੰਦਾ ਹੈ ਯਾਰ, ਗੱਲ ਸੁਣੋ, ਅੱਜ ਵੀ ਜੋ ਜਿੰਨਾ ਅਸੀਂ ਖੜ ਸਕੇ ਪਰਿਵਾਰ ਦੇ ਨਾਲ ਖੜਾਂਗੇ, ਲੇਕਿਨ ਸਮਾਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਇੱਕ ਦਿਨ ਆਏਗਾ ਕਿ ਅਸੀਂ ਪਰਿਵਾਰਾਂ ਦੇ ਨਾਲ ਜੋ ਇਹਨਾਂ ਦਾ ਬਣਦਾ ਹੱਕ ਉਹ ਮਿਲੇ। ਸੰਗਰੂਰ ਤੋਂ ਮਨੋਜ ਮਹਿਤਾ ਦੀ ਰਿਪੋਰਟ, ਪੰਜਾਬ ਟੂਡੇ।